ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਗੁਰਬਾਣੀ ਦਾ ਫਰਮਾਨ ਹੈ ਜੀ, ਮੇਰੇ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਦਿਸਦੇ। ਅਤੇ ਮੈਂ ਅੱਜ ਕਹਿ ਸਕਦਾ ਕਿ ਮਾਲਕ ਨੇ ਮੈਨੂੰ ਇੰਨੀ ਵੱਡੀ ਵਡਿਆਈ ਦੇ ਨਾਲ ਨਿਵਾਜ਼ ਦਿੱਤਾ, ਕਿਉਂਕਿ ਜਿਹੜੀ ਸ਼ਖਸੀਅਤ ਮੇਰੇ ਨਾਲ ਬੈਠੀ ਆ, ਇੱਕ ਤਾਂ ਬੰਦਾ ਕਹਿੰਦਾ ਵੀ ਸੁਪਨੇ 'ਚ ਸੋਚਿਆ ਹੁੰਦਾ, ਮੇਰੇ ਮਾਇੰਡ 'ਚ ਵੀ ਆ ਸਕਦਾ ਸੀ ਕਿ ਮੈਂ ਡਾਕਟਰ ਸੁਰਿੰਦਰ ਸ਼ਰਮਾ ਜੀ ਦੇ ਇੰਨੇ ਨਜ਼ਦੀਕ ਬੈਠੂੰਗਾ, ਤੁਹਾਡੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲੂਗਾ। ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਔਰ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਪਹਿਲੇ ਮੇਰਾ ਪ੍ਰਣਾਮ। ਹੁਣ ਗੱਲ ਕਰੂੰ ਸਰ, ਪਹਿਲਾਂ ਤਾਂ ਜਨਮਦਿਨ ਦੀਆਂ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਅਤੇ ਸਰ, ਅਸੀਂ ਤਾਂ ਬਸ ਬੇਕਰਾਰਾਂ ਵੀ ਤੁਹਾਡੇ ਕੋਲੋਂ ਪੁੱਛੀਏ ਸਰ, ਸਮਝ ਨਹੀਂ ਆ ਰਹੀ ਵੀ ਕੀ ਪੁੱਛੀਏ, ਬਹੁਤ ਕੁਛ ਆ ਪੁੱਛਣ ਨੂੰ, ਬਹੁਤ ਕੁਛ ਆ ਸਿੱਖਣ ਨੂੰ। ਤੁਸੀਂ ਸਾਨੂੰ ਆਪਣੇ ਫਿਲਮ ਕੈਰੀਅਰ ਬਾਰੇ ਸ਼ੁਰੂ ਦੱਸੋ ਵੀ ਤੁਸੀਂ ਸ਼ੁਰੂ ਕਿੱਦਾਂ ਕੀਤਾ। ਮੈਂ 73 'ਚ ਕੀਤੀ ਸੀ ਪਹਿਲੀ ਫਿਲਮ, ਉਹ ਪ੍ਰੇਮ ਧਵਨ ਜੀ ਬੜੇ ਜਾਣੇ ਪਛਾਣੇ ਰਾਈਟਰ ਵੀ ਸੀਗੇ, ਉਹ ਡਾਇਰੈਕਟਰ ਵੀ ਸੀ, ਬਹੁਤ ਫਿਲਮਾਂ ਬਣਾਈਆਂ ਉਹਨਾਂ ਉਹਨਾਂ ਦੀ ਇੱਕ ਸ਼ਾਰਟ ਫਿਲਮ ਸੀ, ਲਘੂ ਫਿਲਮ, ਉਹ ਕੀਤੀ ਸੀ ਮੈਂ, ਉਹ ਮੇਰੀ ਪਹਿਲੀ ਫਿਲਮ ਸੀ 73 'ਚ। ਉਸ ਤੋਂ ਬਾਅਦ ਫਿਰ ਮੈਂ ਕੀਤੀ ਪ੍ਰੇਮ ਨਾਥ ਜੀ ਦੀ ਫਿਲਮ ਕੀਤੀ ਸਤਿ ਸ਼੍ਰੀ ਅਕਾਲ, ਅਤੇ ਉਹਦਾ ਨਾਲ ਹਿੰਦੀ ਵਰਸ਼ਨ ਵੀ ਸੀ ਗਿਆਨੀ ਜੀ, ਉਹਦੇ 'ਚ ਥੋੜ੍ਹੇ ਕੁ ਸੀਨ ਸੀਗੇ, ਉਹ ਪ੍ਰੇਮ ਨਾਥ ਜੀ ਕਹਿੰਦੇ ਯਾਰ ਤੂੰ ਮਿਲੇ ਹੀ ਲੇਟ ਆ, ਪਹਿਲੇ ਮਿਲਦਾ ਤਾਂ ਫਿਰ ਮੈਂ ਕਿਹਾ ਨਹੀਂ ਜੀ ਕੋਈ ਨਹੀਂ, ਤੁਹਾਡੀ ਫਿਲਮ 'ਚ ਕੰਮ ਕਰਨਾ ਬੜੀ ਵੱਡੀ ਗੱਲ ਹੈ। ਫਿਰ ਉਹ ਕੀਤੇ 4 ਸੀਨ, ਉਸ ਤੋਂ ਬਾਅਦ ਫਿਰ ਦਾਰਾ ਜੀ ਦੀ ਫਿਲਮ ਕੀਤੀ ਮੈਂ। ਦਾਰਾ ਜੀ ਸੰਤ ਆਦਮੀ ਭਗਤ ਆਦਮੀ, ਮੈਂ ਦੱਸ ਨਹੀਂ ਸਕਦਾ ਮੈਂ ਕਿੰਨਾ ਖੁਸ਼ ਸੀਗਾ, ਅਤੇ ਧਿਆਨੂ ਭਗਤ, ਧਿਆਨੂ ਭਗਤ, ਅਤੇ ਉਹਨਾਂ ਨੇ ਵੀ ਹਿੰਦੀ ਵਰਸ਼ਨ ਨਾਲ ਬਣਾਇਆ ਸੀ ਭਗਤੀਮਈ ਸ਼ਕਤੀ। ਤਾਂ ਪਹਿਲੇ ਦਿਨ ਹੀ ਸ਼ੂਟਿੰਗ ਹੋਈ ਅਤੇ ਖਾਣਾ ਖਾਣ ਲੱਗੇ, ਅਤੇ ਦਾਰਾ ਜੀ ਨੇ ਹੱਥ ਗਾਂ ਕੀਤਾ ਮਿਲਾਉਣਾ, ਅਤੇ ਮੈਂ ਹੱਥ ਪਿੱਛੇ ਕਰ ਲਿਆ। ਉਹਨਾਂ ਨੂੰ ਲੱਗਿਆ ਵੀ ਇਹ ਬੰਦੇ ਨੇ ਕੀ ਕੀਤਾ ਇਹ, ਮੈਂ ਭਾਅ ਜੀ ਮੈਂ ਤੁਹਾਡੇ ਨਾਲ ਹੱਥ ਨਹੀਂ ਮਿਲਾਉਣਾ, ਬੜੀ ਸਿੱਧੀ ਜੀ ਗੱਲ ਹੈ। ਕਹਿੰਦੇ ਕੀ ਗੱਲ ਭਾਈ, ਵਜ੍ਹਾ ਤਾਂ ਦੱਸ। ਉਹ ਮੈਂ ਕਿਹਾ ਜੀ ਇੱਕ ਵਾਰੀ ਸਾਡਾ ਸਟੂਡੈਂਟਸ ਦਾ ਟੂਰ ਗਿਆ ਸੀ ਸ਼੍ਰੀਨਗਰ, ਅਤੇ ਉੱਥੇ ਤੁਸੀਂ ਬੈਠੇ ਹੋਏ ਸੀਗੇ ਨਿਸ਼ਾਦ ਗਾਰਡਨ 'ਚ, ਨਾਲ ਤੁਹਾਡੇ ਮਿਸਿਸ ਸੀਗੇ, ਅਤੇ ਅਸੀਂ ਤੁਹਾਡੇ ਕੋਲ ਗਏ, ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅਤੇ ਹੱਥ ਮਿਲਾਉਣ ਲੱਗੇ, ਤੁਸੀਂ ਕਿਹਾ ਵੀ ਜਾਓ ਜਾਓ ਯਾਰ ਮੈਨੂੰ ਤੰਗ ਨਾ ਕਰੋ। ਲੈ ਜੀ ਅੱਜ ਤੁਸੀਂ ਹੱਥ ਗਾਂ ਵਧਾਇਆ, ਤੁਸੀਂ ਯਾਦ ਰੱਖਿਆ। ਹਾਂ, ਲੈ ਦਾਰਾ ਜੀ ਨੂੰ ਕੋਈ ਭੁੱਲ ਸਕਦਾ? ਮੈਂ ਨਾ ਭਾਅ ਜੀ, ਨਾ ਬੁਰਾ ਨਾ ਮੰਨਿਓ, ਐਵੇਂ ਇੱਕ ਜੈਸਚਰ ਸੀਗਾ ਯਾਦਾਸ਼ ਤਾਜ਼ੀ ਕਰਨ ਦਾ, ਤੋ ਬੜਾ ਆਨੰਦ ਆਇਆ ਉਸ ਉਹਨਾਂ ਨਾਲ ਕੰਮ ਕਰਕੇ। ਉਸ ਤੋਂ ਬਾਅਦ ਫਿਰ ਮੈਂ 79 ਦੇ ਵਿੱਚ ਫਿਰ ਫੁੱਲ ਫਲੈਜ ਰੋਲ ਐਜ਼ ਏ ਕਮੇਡੀਅਨ ਲੰਬੜਦਾਰ ਨੇ ਕੀਤੀ ਸੀ, ਉਹ ਵੀ ਮੈਨੂੰ ਬੈਠਿਆਂ ਬਿਠਾਇਆ ਮਿਲ ਗਈ, ਕਿਉਂਕਿ ਮੈਂ ਤਾਂ ਕਮਿਸਟਰੀ ਪੜ੍ਹਾਉਣਾ, ਕਮਿਸਟਰੀ ਦੀ PhD ਕੀਤੀ, ਡਾਕਟਰੇਟ ਕੀਤੀ, ਕਮਿਸਟਰੀ ਦੇ ਪ੍ਰੋਫੈਸਰ, ਅਤੇ ਉਹ ਫਿਰ ਉਹ ਮਿਲ ਗਈ ਮੈਨੂੰ ਫਿਲਮ। ਬਈ ਇੰਨਾ ਹੈ ਵੀ ਮੈਨੂੰ ਉੱਥੇ ਜਾ ਕੇ ਧੱਕੇ ਧੁੱਕੇ ਨਹੀਂ ਖਾਣੇ ਪਏ, ਉਹ ਵੀ ਇੱਕ ਕੋਮੇਡੀਅਨ ਦੌੜ ਗਏ ਉਹਨਾਂ ਦੇ ਵਰਿੰਦਰ ਜੀ ਦੇ, ਉਹਨਾਂ ਨੂੰ ਬੜੀ ਮੁਸ਼ਕਿਲ ਆਈ, ਉਹਨਾਂ ਨੇ ਫਿਰ ਮੈਨੂੰ ਬੁਲਾ ਲਿਆ ਵੀ ਤੁਸੀਂ ਆ ਜਾਓ, ਮੈਂ ਚਲਾ ਗਿਆ। ਫਿਰ ਮੈਂ ਕੀਤੀ ਫਿਲਮ, ਉਹ ਚੱਲ ਗਈ ਤੀ 35 ਹਫ਼ਤੇ ਲੰਬੜਦਾਰ ਨਹੀਂ, ਮੋਹਰ ਅਖਬਾਰਾਂ ਨੇ ਇਹ ਉਹ ਜੀ ਨਵੇਂ ਕੋਮੇਡੀਅਨ ਆ ਗਏ। ਉਦੋਂ ਬਾਅਦ ਫਿਰ ਮੈਂ ਕੀਤੀ ਸਰਪੰਚ, ਉਹ ਉਸ ਤੋਂ ਵੀ ਜ਼ਿਆਦਾ, ਉਹਦੇ 'ਚ ਮੈਨੂੰ ਅਵਾਰਡ ਵੀ ਮਿਲਿਆ ਸੀ, ਅਤੇ ਉਸ ਤੋਂ ਬਾਅਦ ਫਿਰ ਬਲਬੀਰੋ ਭਾਬੀ, ਉਹ ਵੀ ਸੁਪਰ ਡੁਪਰ ਹਿੱਟ, ਹਾਂ ਬਹੁਤ 440 ਸੀ ਫਿਰ ਕੰਮ। ਸਰ ਜਿੱਦਾਂ ਕੋਮੇਡੀ ਤੁਸੀਂ ਗੱਲ ਕੀਤੀ, ਤੁਸੀਂ ਕੋਮੇਡੀਅਨ ਕਿੰਗ ਦੇ ਨਾਂ ਨਾਲ ਜਾਣੇ ਜਾਂਦੇ ਸੀ, ਇਹ ਤੁਹਾਡੇ ਮਾਇੰਡ 'ਚ ਵੀ ਸੀਗਾ ਕਿ ਮੈਂ ਕੋਮੇਡੀ ਕਰਨੀ ਹੈ, ਜਾਂ ਮਤਲਬ ਆਪਾਂ ਕਹੀਏ ਵੀ ਸੈੱਟ 'ਤੇ ਚੱਲ ਕੇ ਜਦੋਂ ਤੁਸੀਂ ਕਿਹਾ ਨਾ ਵੀ ਉਹਨਾਂ ਦਾ ਕੋਮੇਡੀਅਨ ਭੱਜ ਗਿਆ ਤਾਂ ਫਿਰ ਮੈਂ ਕੋਮੇਡੀ ਦੇ ਵਿੱਚ ਸ਼ਿਫਟ ਕਰ ਗਿਆ? ਨਹੀਂ, ਉਹ ਐਕਚੁਅਲੀ ਕੀ ਸੀ ਨਾ, ਵਰਿੰਦਰ ਰੋਣਾ ਨੂੰ ਇਹ ਸੀ, ਉਦੋਂ ਮੈਂ ਕੁਛ ਇਹ ਮੇਰਾ ਖਿਆਲ ਦਿੱਲੀ ਹੁੰਦਾ ਸੀ TV, ਆਪਣਾ ਸਟੇਸ਼ਨ ਬਾਅਦ 'ਚ ਆਇਆ ਜਲੰਧਰ, ਉੱਥੇ ਵੀ ਕੋਮੇਡੀ ਸਟੇਜ ਦੇ ਉੱਪਰ ਮੈਂ ਬਹੁਤ ਕੋਮੇਡੀ ਕੀਤੀ, ਉਹ ਵਰਿੰਦਰ ਨੂੰ ਪਤਾ ਸੀ ਫਿਰ, ਕਿਉਂਕਿ ਉਸ ਲਈ ਸਟੇਜ ਦੇ ਉੱਪਰ ਬਹੁਤ ਘੱਟ ਕੋਮੇਡੀਅਨ ਹੁੰਦੇ ਸੀ, ਹੁੰਦੇ ਹੀ ਨਹੀਂ ਸੀ ਕਦੋਂ, ਹੁੰਦੇ ਸੀ ਸਾਰੇ ਪੰਜਾਬ 'ਚ। ਅਤੇ ਮੈਂ ਤਾਂ ਪਹਿਲਾ ਨਾਟਕ 1954 'ਚ ਕੀਤਾ ਸੀ, ਮੈਂ 4th ਜਮਾਤ 'ਚ ਪੜ੍ਹਦਾ ਸੀ, ਅਤੇ ਸਾਡੇ ਉਹ ਕਹਿੰਦੇ ਜੀ ਇੰਸਪੈਕਟਰ ਸਾਹਿਬ ਨੇ ਆਉਣਾ,
ਅਤੇ ਪਲੇ ਕਰਨਾ ਸੀ, ਨਾਟਕ ਕਰਨਾ, ਨਿਆਂਧੀਸ਼ ਸਾਡੀ ਕਿਤਾਬ 'ਚ ਕਹਾਣੀ ਹੁੰਦੀ ਸੀ ਅਤੇ ਸਾਰੇ ਮੁੰਡਿਆਂ ਕੋਲੋਂ ਫਿਰ ਉਹਨਾਂ ਨੇ ਬੁਲਵਾਇਆ। ਮੇਰੀ ਜਰਾ ਆਵਾਜ਼ ਉਦੋਂ ਵੀ ਮਤਲਬ ਪਰਮਾਤਮਾ ਦੀ ਦਿਆ, ਤੂੰ ਕਰੇਗਾ ਕਾਕਾ, ਫਿਰ ਮੈਂ ਉਹ ਕੀਤਾ। ਫਿਰ ਉਹ ਫਿਰ ਨਰਿੰਦਰ ਚੰਚਲ ਦੇ ਸਾਡੇ ਗੁਆਂਢ 'ਚ ਰਹਿੰਦੇ ਹੁੰਦੇ ਸੀਗੇ ਚੰਚਲ ਜੀ, ਅਤੇ ਉਹਨਾਂ ਨੂੰ ਫਿਰ ਉਹਨਾਂ ਨੇ ਭਾਅ ਜੀ ਨੇ ਕਿਹਾ ਵੀ ਮੈਨੂੰ ਇੱਕ ਬੱਚਾ ਚਾਹੀਦਾ, ਸ਼ਰਾਰਤੀ ਜਿਹਾ, ਕਹਿੰਦੇ ਮੇਰੇ ਕੋਲ ਹੈਗਾ, ਉਹ ਮੈਨੂੰ ਲੈ ਗਏ ਉਹਨਾਂ ਦੇ ਪਲੇਸ ਕੰਮ ਕੀਤਾ। ਫਿਰ ਫਿਰ ਚੰਚਲ ਦੇ ਨਾਲ ਹੀ ਮੈਂ ਫਿਰ ਉਦੋਂ ਹੀ ਸਟੇਜ ਦੇ ਉੱਪਰ ਕੌਮੇਡੀ ਕਰਦਾ ਸੀ, ਉਦੋਂ ਹੀ ਮਤਲਬ ਕੌਮੇਡੀ ਸ਼ੁਰੂ ਕਰਤੀ, ਨਾਲ ਹੀ ਐਂਕਰਿੰਗ ਸ਼ੁਰੂ ਕਰਤੀ। ਫਿਰ ਚੰਚਲ ਨੇ ਮੈਨੂੰ ਗਾਉਣ ਵਾਲੇ ਪਾਸੇ ਲਾ ਲਿਆ, ਕਲਾਸੀਕਲ ਸਿੱਖਦੇ ਹੁੰਦੇ ਸੀ ਅਸੀਂ, ਹਾਂ ਉਹ ਫਿਰ ਉੱਧਰ ਪੈ ਗਏ, ਮੈਂ ਇੱਧਰ ਚੰਡੀਗੜ੍ਹ ਪੜ੍ਹਨ ਆ ਗਿਆ। ਬਸ ਇਹ ਪੜ੍ਹ ਪੁੜ ਕੇ ਅਤੇ ਫਿਰ ਇੱਧਰ ਹੀ, ਬਾਕੀ ਇਹ ਹੁੰਦਾ ਸੀ ਮੈਨੂੰ, ਮੈਂ ਲਿਖਿਆ ਵੀ ਬਹੁਤ ਕੁਛ ਹੈ, ਫਿਲਮਾਂ ਲਿਖੀਆਂ, ਗਾਣੇ ਲਿਖੇ, ਗਜ਼ਲਾਂ ਲਿਖੀਆਂ, ਸ਼ਾਰਟ ਸਟੋਰੀਜ਼ ਲਿਖੀਆਂ, ਲੇਕਿਨ ਮੈਨੂੰ ਦੂਸਰਾ ਬੰਦਾ ਹੱਸਦਾ ਬਹੁਤ ਚੰਗਾ ਲੱਗਦਾ ਸੀ। ਮੈਨੂੰ ਲੱਗਦਾ ਸੀ ਯਾਰ ਸ਼ੁਗਰ ਹੈ ਇਸ ਜ਼ਮਾਨੇ 'ਚ ਵੀ ਨਾ ਇਹ ਬੰਦਾ ਹੱਸਿਆ, ਸੋ ਇਸ ਕਰਕੇ ਮੈਨੂੰ ਕੌਮੇਡੀ ਕਰਨੀ ਬਹੁਤ ਵਧੀਆ ਲੱਗਦੀ ਸੀ, ਇਸ ਕਰਕੇ ਉਹ ਫਿਰ ਮੈਂ ਕੌਮੇਡੀ ਉਹ ਕਰਦਾ ਸੀ। ਉਹ ਫਿਲਮਾਂ 'ਚ ਵੀ ਫਿਰ ਕੌਮੇਡੀ ਮਿਲ ਗਈ, ਉਹ ਫਿਰ ਫਿਲਮਾਂ 'ਚ ਵੀ ਕੌਮੇਡੀ ਕੀਤੀ, ਜਿੰਨੀਆਂ 60-70 ਫਿਲਮਾਂ ਕੀਤੀਆਂ ਮੈਂ ਸਾਰਿਆਂ 'ਚ ਕੌਮੇਡੀ ਕੀਤੀ ਫਿਰ ਮੈਂ। ਇਹ ਸਰ ਮੈਂ ਤੁਹਾਡੇ ਬਚਪਨ ਦੇ ਟਾਈਮ ਥੋੜ੍ਹਾ ਜਾਣਾ ਚਾਹੂੰਗਾ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਤੁਹਾਡੇ ਫੈਮਿਲੀ 'ਚ ਕੌਣ ਕੌਣ ਸੀ, ਤੁਹਾਡੇ ਮੰਮਾ ਪਾਪਾ ਕੀ ਕਰਦੇ ਸੀ, ਕਿੱਦਾਂ ਦਾ ਉਹਨਾਂ ਦਾ ਬੇਟਾ ਸੀਗਾ, ਲਾਡਲਾ ਸੀ ਜਾਂ ਸ਼ਰਾਰਤੀ ਸੀ ਜਾਂ ਹੋਰ ਭੈਣ ਭਰਾ ਨਾਲ ਲੜਾਈ ਝਗੜੇ ਜੀ, ਤੁਹਾਨੂੰ ਯਾਦ ਹੋਵੇ ਇਹ ਵੀ ਦੱਸਣਾ ਪਊਗਾ। ਬਿਲਕੁਲ, ਸਾਨੂੰ ਚਾਹੀ ਬਹੁਤ ਆ ਜੀ, ਇਹ ਕਹਿੰਦੇ ਵੀ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਅਤੇ ਮੇਰੇ ਨਾਨਕੇ ਹੈ ਕਲੇਰ, ਰਈਆ ਤੁਸੀਂ ਸੁਣਿਆ ਹੋਣਾ, ਬੜੀ ਵੱਡੀ ਮੰਡੀ ਹੈ ਅਤੇ ਉਹਦੇ 1 ਕਿਲੋਮੀਟਰ ਅੰਦਰ ਹੈ ਅਤੇ ਪਿੰਡ ਸਾਡਾ ਗੌਰੇ ਨੰਗਲ, ਇਹ ਬਿਲਕੁਲ ਗੁਰਦਾਸਪੁਰ ਦੇ ਉਰੇ ਥੋੜ੍ਹੇ ਜਿਹੇ ਨਾ ਉੱਥੇ, ਤੋਂ ਅੰਮ੍ਰਿਤਸਰ ਦੇ ਜੰਮ ਪਾਲਾ। ਫਾਦਰ ਸਾਹਿਬ ਮੇਰੇ ਪਹਿਲਾਂ ਦੇ ਪਿੰਡਾਂ 'ਚ ਹੀ ਹੁੰਦੇ ਸੀ, ਆ ਗਏ ਸ਼ਹਿਰ 'ਚ ਹੀ, ਬਸ ਕਲਾਸ 1 ਔਫਿਸਰ, ਬੜੇ ਵੱਡੇ ਅਫਸਰ ਸੀਗੇ ਮਿਊਂਸਪਲ ਕਮੇਟੀ 'ਚ, ਅਤੇ ਮਦਰ ਮੇਰੇ ਹਾਊਸ ਵਾਈਫ ਸੀ ਅਤੇ ਅਸੀਂ 3 ਭਰਾ ਅਤੇ 1 ਭੈਣ, ਅਤੇ ਬਸ ਸਾਰੇ ਫਿਰ ਸਾਡੇ ਮਾਂ ਬਾਪ ਸਾਡੇ ਨਾਲ ਬਹੁਤ ਪਿਆਰ ਕਰਦੇ ਸੀ, ਸਾਰੇ ਹੀ ਕਰਦੇ ਹਾਂ। ਮੇਰਾ ਇਹ ਸੀਗਾ ਵੀ ਮੇਰੇ ਜਿਹੜੇ ਪਿਤਾ ਜੀ ਸੀਗੇ ਉਹ ਮੇਰੇ ਫਾਦਰ ਦੇ ਨਾਲ ਨਾਲ ਮੇਰੇ ਗੁਰੂ ਵੀ ਸੀ, ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਜ਼ਿੰਦਗੀ 'ਚ। ਇਹ ਤਾਂ ਲਾਈਫ ਤਾਂ ਸਿੱਖੀ ਸੀ ਕਿ ਮੈਨੂੰ ਬੰਸਰੀ ਵਜਾਉਣੀ ਉਹਨਾਂ ਨੇ ਸਿਖਾਈ, ਮੈਨੂੰ ਗਾਉਣਾ ਉਹਨਾਂ ਨੇ ਸਿਖਾਇਆ, ਹੀ ਵਾਜ਼ ਵੈਰੀ ਗੁੱਡ ਆਰਟਿਸਟ, ਉਹਨਾਂ ਨੇ ਸਾਨੂੰ ਕਦੇ ਨਹੀਂ ਸੀ ਦੱਸਿਆ। ਫਿਰ ਉਹ ਬੰਬੇ ਵੀ ਨਹੀਂ ਗਏ, ਫਿਰ ਇੱਧਰ ਹੀ ਜੋਬ ਕਰ ਲਈ ਉਹਨਾਂ ਨੇ ਅਤੇ ਬਸ ਉੱਥੇ ਫਿਰ ਜੰਮੇ ਪਲੇ। ਭੈਣ ਭਰਾਵਾਂ ਦਾ ਸਾਡਾ ਜਿਹੜਾ ਥੋੜ੍ਹਾ ਬਹੁਤਾ ਲੜਨਾ ਉਹ ਤਾਂ ਬਹੁਤ ਜ਼ਰੂਰੀ ਹੈ, ਉਹ ਫਿਰ ਨਹੀਂ ਉਹ ਨਹੀਂ ਗੱਲ ਬਣਦੀ, ਉਦਾਂ ਐਵੇਂ ਮੈਂ ਕਹੀ ਜਾਊਂ ਆਹ, ਲੇਕਿਨ ਬਹੁਤ ਅੱਛਾ ਸਾਡਾ, ਬੜਾ ਪਿਆਰ ਭੈਣ ਭਰਾਵਾਂ ਦਾ ਆਪਸ ਦੇ ਵਿੱਚ। ਔਰ ਬਾਕੀ ਮਦਰ ਫਾਦਰ ਸਾਡੇ ਦੇਵੀ ਦੇਵਤਾ ਕਹਿ ਲਓ, ਬਸ ਹਰ ਇੱਕ ਦੇ ਮਾਂ ਬਾਪ ਹੁੰਦੇ ਆ, ਪਰ ਜੋ ਉਹਨਾਂ ਨੇ ਕੀਤਾ ਸਾਡੇ ਹੱਥੇ ਉਹਦਾ ਜੀ ਸਾਰੀ ਉਮਰ ਲੱਗੇ ਰਹੀ ਹੈ, ਕਰਜ਼ ਨਹੀਂ ਲਾ ਸਕਦੇ, ਇੰਨਾ ਪੜ੍ਹਾਉਣਾ, ਇੱਥੋਂ ਤੱਕ ਪਛਾਉਣਾ, ਅਤੇ ਉਹਨਾਂ ਨੇ ਮੈਨੂੰ ਕਦੇ ਰੋਕਿਆ ਵੀ ਨਹੀਂ ਸੀ। ਉਹਨਾਂ ਤੋਂ ਚੋਰੀ ਨਾ, ਤੁਸੀਂ ਕਿਹਾ ਵੀ ਸ਼ਰਾਰਤਾਂ, ਜਿਹੜਾ ਬੰਦਾ ਸ਼ਰਾਰਤੀ ਨਹੀਂ ਹੈ ਉਹ ਇੰਟੈਲੀਜੈਂਟ ਨਹੀਂ ਹੋ ਸਕਦਾ, ਇੰਟੈਲੀਜੈਂਟ ਉਹ ਸ਼ਰਾਰਤ ਕਰੂ ਇੰਟੈਲੀ, ਲੇਕਿਨ ਸਾਡੇ ਵੇਲੇ ਇੱਦਾਂ ਦੀਆਂ ਸ਼ਰਾਰਤਾਂ ਨਹੀਂ ਸੀ ਹੁੰਦੀਆਂ ਕਿ ਲਾਮਾ ਆ ਜਾਏ ਘਰੇ, ਇੱਦਾਂ ਦੀ ਨਹੀਂ ਸੀ ਹੁੰਦੀਆਂ, ਅੱਛੀਆਂ ਸ਼ਰਾਰਤਾਂ ਹੁੰਦੀਆਂ। ਅਤੇ ਉਹ ਇੱਕ ਮੁੰਡਾ ਰਾਮ ਬਣਦਾ ਹੁੰਦਾ ਸੀ, ਇੱਕ ਲਕਸ਼ਮਣ ਇੱਕ ਮੁੰਡੇ ਨੂੰ ਸੀਤਾ ਬਣਾਉਂਦੇ ਸੀ, ਰਾਮਲੀਲਾ ਕਰਦੇ ਸੀ ਜੀ। ਮੈਂ ਕਿਉਂਕਿ ਕੈਮਿਸਟਰੀ ਪੜ੍ਹਦਾ ਸੀ, ਉਹ ਜਿੰਨੇ ਵੀ ਜਾਦੂ ਟਾਈਪ ਹੁੰਦੇ ਸੀ ਨਾ, ਰਾਵਣ ਟੱਪਿਆ ਵਿੱਚੋਂ ਅੱਗ ਨਿਕਲੀ ਲਾਈਨ 'ਚੋਂ, ਉਹ ਬਹੁਤ ਚੱਲ ਗਿਆ ਬੰਬ 'ਚ, ਉਹ ਸਾਇੰਟਿਸਟ ਹੁੰਦੇ ਨਾ, ਅਤੇ ਉਹ ਸਾਰੀਆਂ ਚੀਜ਼ਾਂ ਮੈਂ ਬਣਾਉਂਦਾ ਹੁੰਦਾ ਸੀ, ਅਤੇ ਮੈਂ ਰਾਵਣ ਦਾ ਰੋਲ ਜਾਣ ਕੇ ਲੈਂਦਾ ਹੁੰਦਾ ਸੀ। ਉਹ ਸਾਰੇ ਕਹਿਣ ਵੀ ਇਹ ਕਿ ਮੈਂ ਤੁਹਾਨੂੰ ਪਤਾ ਹੀ ਨਹੀਂ, ਜਿੰਨਾ ਵਧੀਆ ਕਰੈਕਟਰ ਐਕਟਿੰਗ ਪੁਆਇੰਟ ਆਫ ਵਿਊ ਨਾਲ ਰਾਵਣ ਦਾ, ਕਿਸੇ ਦਾ ਵੀ ਨਹੀਂ, ਅੰਗਦ ਨਾਲ ਉਹਦਾ ਰੋਲ, ਸੀਤਾ ਨਾਲ ਉਹਦਾ ਰੋਲ, ਹਨੂੰਮਾਨ ਜੀ ਨਾਲ ਉਹਦਾ ਰੋਲ, ਰਾਮ ਨਾਲ ਉਹਦਾ ਰੋਲ, ਭਵਿਸ਼ਰ ਨਾਲ ਉਹਦਾ, ਇਸ ਕਰਕੇ ਮੈਨੂੰ ਚਾਂਸ ਮਿਲੂਗਾ ਐਕਟਿੰਗ ਸਿੱਖਣ ਦਾ। ਅਤੇ ਉੱਥੇ ਫਿਰ ਉਹ ਰਾਮਲੀਲਾ ਕਰਨੀ,
ਕਿਸੇ ਨੇ ਸ਼ਿਕਾਇਤ ਲਾਤੀ ਮੇਰੇ ਘਰ ਜਾ ਕੇ ਵੀ ਉਹ ਪੜ੍ਹਨ ਪੁੜਨ ਕੋਈ ਨਹੀਂ ਜਾਂਦਾ ਉਹਦੇ ਘਰ, ਅਸੀਂ ਰਾਤੀ ਵੇਖ ਕੇ ਆਏ ਪਰ ਐਕਟਰ ਬੜਾ ਵਧੀਆ। ਉਹ ਮੇਰੇ ਫਾਦਰ ਸਾਹਿਬ ਅਤੇ ਮਦਰ ਚੋਰੀ ਛਿਪੇ ਵੇਖਣ ਆ ਗਏ ਰਾਮਲੀਲਾ, ਵੇਖ ਕੇ ਅਤੇ ਅਗਲੇ ਦਿਨ ਮੈਨੂੰ ਨਹੀਂ ਪਤਾ, ਅਗਲੇ ਦਿਨ ਮੈਨੂੰ ਕਹਿੰਦੇ ਯਾਰ ਤੂੰ ਤਾਂ ਐਕਟਰ ਹੀ ਬੜਾ ਵਧੀਆ, ਮੈਂ ਲਾ ਫੜੇ ਗਏ। ਮੈਂ ਕਿਹਾ ਗਲਤੀ ਹੋ ਗਈ ਬਾਬੂ ਜੀ, ਕਹਿੰਦੇ ਨਹੀਂ ਨਹੀਂ ਕੋਈ ਨਹੀਂ ਗਲਤੀ ਨਹੀਂ ਹੈ, ਲੇਕਿਨ ਫੇਲ ਨਾ ਹੋਈ ਕਦੇ, ਮੇਰੇ ਕੋਲ ਮਿਲਾ ਮੁਲਾ ਹੈ ਨਹੀਂ ਜਿਹੜੀ ਮੈਂ ਤੇਰੇ ਨਾਂ ਲਵਾ ਦੂੰਗਾ, ਪੜ੍ਹਨਾ। ਮੈਂ ਠੀਕ ਹਾਂ, ਫਿਰ ਉਹਨਾਂ ਦੀ ਗੱਲ ਯਾਦ ਰੱਖੀ, ਪੜ੍ਹਿਆ ਲਿਖਿਆ, ਫਿਰ ਇੱਧਰ ਆ ਗਏ। ਇੱਥੇ ਮੈਨੂੰ ਪਲੈਟਫਾਰਮ ਬੜਾ ਵੱਡਾ ਮਿਲ ਗਿਆ, ਯੂਨੀਵਰਸਿਟੀ ਬਹੁਤ ਵੱਡਾ ਪਲੈਟਫਾਰਮ ਹੈ। 65 'ਚ ਆਇਆ ਮੈਂ, ਹਿੰਦੁਸਤਾਨ ਪਾਕਿਸਤਾਨ ਦੀ ਵਾਰ ਹੋ ਗਈ ਅਤੇ ਵਾਰ ਅਸੀਂ ਇੱਥੇ ਇਕੱਲੇ, ਸਾਰਾ ਟੱਬਰ ਸਾਡਾ ਅੰਮ੍ਰਿਤਸਰ। ਪਰ ਚਲੋ ਜਦੋਂ ਖਤਮ ਹੋਈ ਤਾਂ ਫਿਰ ਉਹ ਨੈਸ਼ਨਲ ਡਿਫੈਂਸ ਫੰਡ ਵਾਸਤੇ, ਮੈਂ ਤਾਂ ਨਵਾਂ ਨਵਾਂ ਗਿਆ ਸੀ, ਸਟੂਡੈਂਟ ਸੀ ਫਸਟ ਈਅਰ, ਤਾਂ ਉਹਨਾਂ ਨੇ ਇੱਕ ਸ਼ੋਅ ਕੀਤਾ ਅਤੇ ਉਦੋਂ ਗਵਰਨਰ ਸਾਹਿਬ ਆਏ, ਉਹ ਮੈਨੂੰ ਕਹਿਣ ਚਲੋ ਚੱਲ, ਉਹ ਪਤਲਾ ਜਿਹਾ ਮੈਂ ਚੁੱਕਾ ਜਾ, ਉੱਥੇ ਖਲੋ ਜਿਹਾ ਜਾ ਕੇ, ਤੈਨੂੰ ਕਿਉਂ ਪਾਰਟੀਸਪੇਟ ਕਰਾਈਏ, ਤੇਰੇ ਕੋਲ ਕੀ ਕਰਾਉਣਾ ਸੀ। ਮੈਂ ਕਿਹਾ ਜੀ ਇੱਕ ਵਾਰੀ ਸੁਣ ਲਓ ਮੈਨੂੰ, ਉਹਨਾਂ ਨੂੰ ਕੀ ਪਤਾ ਵੀ ਅੰਮ੍ਰਿਤਸਰ ਨੂੰ ਚੰਡਿਆ ਹੈ ਬੰਦਾ ਹੈ। ਉਹਨਾਂ ਨੂੰ ਫਿਰ ਮੈਂ 3 ਆਈਟਮਾਂ ਸੁਣਾਈਆਂ, ਇੱਕ ਆਈਟਮ ਮੇਰੀ ਨੈਸ਼ਨਲ ਅਵਾਰਡ ਵਿਨਿੰਗ ਹੈ, ਉਹ ਮੂੰਹ ਨਾਲ ਟੋਲ ਕੀ ਤਬਲਾ, ਉਹ ਨੈਸ਼ਨਲ ਵਿਨਰ ਆ। ਉਹ ਆਈਟਮ ਸੁਣਾ ਸਕਦੇ ਹੁਣ ਜੀ ਤੁਸੀਂ? ਨਹੀਂ, ਮੈਂ ਦੇਖਦਾ ਕੋਸ਼ਿਸ਼ ਕਰਦਾ। ਉਹ ਫਿਰ ਉਹਦੇ ਬਣਾ ਤਾ ਵੀ ਪਾਕਿਸਤਾਨ ਦੀ ਢੋਲਕੀ, ਹਿੰਦੁਸਤਾਨ ਦਾ ਤਬਲਾ, ਉਹ ਕੰਪੀਟੀਸ਼ਨ। ਉਦੋਂ ਬਾਅਦ ਇੱਕ ਰੇਡੀਓ ਜੋਟਿਸਤਾਨ ਆਉਂਦਾ ਸੀ, ਉਹ ਰਾਤੋ ਰਾਤ ਮੈਂ ਬਣਾ ਕੇ ਉਹ ਸੁਣਾ ਤਾ, ਇੱਕ ਆਈਟਮ ਹੋਰ ਸੁਣਾ ਤੀ। ਉਹ ਕਨਫਿਊਜ਼ ਹੈ, ਕਹਿੰਦੇ ਕਿ ਤੇਰੀ ਕਿਹੜੀ ਆਈਟਮ ਰੱਖੀ ਹੈ? ਮੈਂ ਜਿਹੜੀ ਕੱਟਣੀ ਕੱਟ ਦਿਓ, ਤਿੰਨ ਹੀ ਰੱਖੀਆਂ। ਉਹ ਫਿਰ ਕੀ ਹੋਇਆ, ਪਾਪੂਲਰ ਹੋ ਗਿਆ ਮੈਂ ਕੈਂਪਸ ਯੂਨੀਵਰਸਿਟੀ 'ਚ ਆਉਂਦਿਆਂ ਹੀ। ਬਸ ਫਿਰ ਮੈਂ ਮੁੜ ਕੇ ਨਹੀਂ ਦੇਖਿਆ, ਫਿਰ ਮੈਂ 65 ਤੋਂ ਲੈ ਕੇ ਅਤੇ 15,000 ਤੋਂ ਜ਼ਿਆਦਾ ਸਟੂਡੈਂਟਸ, ਡਾਂਸ, ਡਰਾਮਾ, ਮਿਊਜ਼ਿਕ, ਡਿਬੇਟ, ਡੈਕਲੇਮੇਸ਼ਨ, ਬਲਕਿ ਮਤਲਬ ਟ੍ਰੇਨ ਕੀਤੇ ਫਿਰ ਨੈਸ਼ਨਲ ਲੈਵਲ ਤੱਕ। ਸੋ ਬਹੁਤ ਕੁਛ ਜ਼ਿੰਦਗੀ 'ਚ ਅਚੀਵ ਕੀਤਾ ਫਿਰ। ਕੈਮਿਸਟਰੀ ਨਾ ਕਾਫੀ ਟਫ ਸਬਜੈਕਟ ਹੈ, ਇਹਨੂੰ ਤੁਸੀਂ ਬੈਲੈਂਸ ਕਿੱਦਾਂ ਕੀਤਾ? ਮਤਲਬ ਤੁਸੀਂ ਇਕੱਲਾ ਇਹ ਨਹੀਂ ਐਕਟਿੰਗ ਵੀ ਸੀ, ਤੁਸੀਂ ਕਹਿ ਰਹੇ ਹੋ ਭੰਗੜਾ ਵੀ, ਇਹ ਕਿੱਦਾਂ ਬੈਲੈਂਸ ਕਰਦੇ ਸੀ? ਇਹ ਯਾਰ ਇਹ ਸਭ ਤੋਂ ਔਖਾ ਸਵਾਲ ਹੈ ਜਿਹੜੇ ਵੀ ਮੈਨੂੰ ਪੁੱਛਦਾ ਕੋਈ, ਕਿ ਕਿੱਥੇ ਕੈਮਿਸਟਰੀ ਅਤੇ ਕਿੱਥੇ ਡਾਂਸ, ਡਰਾਮਾ, ਮਿਊਜ਼ਿਕ। ਕੰਟਰੀ ਨੂੰ ਮੈਂ ਰਿਪ੍ਰੈਜੈਂਟ ਕੀਤਾ ਫੈਸਟੀਵਲ ਆਫ ਇੰਡੀਆ ਇਨ USSR, UK, ਸਾਰਿਆਂ ਨਾਲ, ਗੁਰਦਾਸ ਮਾਨ, ਹੰਸ, ਸਾਰੀ ਦੁਨੀਆ ਘੁੰਮਿਆ ਮੈਂ, ਬੰਬੇ ਐਂਕਰਿੰਗ। ਉਹ ਮੈਂ ਦੱਸਣ ਲੱਗਿਆ ਤਾਂ 2 ਦਿਨ ਲੰਘ ਜਾਣੇ, ਪਰ ਇਹ ਮੈਨੂੰ ਵੀ ਅੱਜ ਤੱਕ ਨਹੀਂ ਸਮਝ ਪਈ ਭਈ ਮੈਂ, ਯਾਦ ਤਾਂ ਕੀ ਸੀ ਕਿ ਇਹ ਬੀਜ ਬੋਇਆ ਗਿਆ ਸੀ ਅੰਮ੍ਰਿਤਸਰੋਂ ਹੀ। ਅੰਮ੍ਰਿਤਸਰੋਂ ਹੀ 8 ਸਾਲ ਦੀ ਉਮਰ 'ਚ ਜਦੋਂ ਬੱਚਾ ਸ਼ੁਰੂ ਹੋਏ, ਇੱਕ ਇਹਨੂੰ ਮੈਂ ਪਤਾ ਨਹੀਂ ਕੋਈ ਮੰਨੇ ਨਾ ਮੰਨੇ, ਇੱਕ ਮੁਕੱਦਰ ਵੀ ਹੁੰਦਾ। ਇੱਕ ਗੱਲ ਤੁਸੀਂ ਵੀ ਮੇਰੀ ਮੰਨੋ, ਇਹ ਜਿਹੜਾ ਉੱਪਰ ਵਾਲਾ ਨਾ ਪਰਮਾਤਮਾ, ਵਾਹਿਗੁਰੂ, ਸੱਚੇ ਪਾਤਸ਼ਾਹ, ਇਹਨਾਂ ਨੇ ਸਾਡੀਆਂ ਡਿਊਟੀਆਂ ਲਈ ਜਾਂਦੀਆਂ ਵੀ ਤੂੰ ਇੰਨੇ ਮਹੀਨੇ ਇੱਥੇ ਕੰਮ ਕਰਨਾ, ਇੰਨੇ ਸਾਲ ਤੂੰ ਆਹ ਕੰਮ ਕਰਨਾ, ਇੰਨੇ ਸਾਲ ਤੂੰ ਆਹ ਕੰਮ ਕਰਨਾ। ਇਹ ਉੱਪਰ ਵਾਲੇ ਨੇ ਕਿਤੇ ਡਿਊਟੀਆਂ ਲਾਈਆਂ ਸੀ ਵੀ ਤੂੰ ਆਹ ਵੀ ਕਰਨਾ, ਤੂੰ ਪੜ੍ਹਾਉਣਾ ਵੀ ਹੈ ਬੱਚਿਆਂ ਨੂੰ, ਤੂੰ ਕੈਮਿਸਟਰੀ ਵੀ ਕਰਨੀ ਹੈ, ਤੂੰ ਨਾਚ ਗਾਣਾ ਵੀ ਕਰਨਾ। ਇਹ ਉਹਦੀਆਂ ਲਾਈਆਂ ਡਿਊਟੀਆਂ, ਮੈਨੂੰ ਆਪ ਨੂੰ ਵੀ ਪਤਾ ਮੈਂ ਕਿੱਦਾਂ ਕਰ ਗਿਆ। ਹਾਂ, ਇੱਕ ਚੀਜ਼ ਜ਼ਰੂਰ ਸੀ, ਮੈਂ ਕੋਈ ਵੀ ਚੀਜ਼ ਇੱਕ ਦੂਸਰੇ ਦੀ ਕੋਸਟ 'ਤੇ ਨਹੀਂ ਸੀ ਕਰਦਾ। ਮੈਂ ਛੁੱਟੀਆਂ 'ਚ ਫਿਲਮਾਂ ਕਰਦਾ ਸੀ, ਸਪਟੰਬਰ ਛੁੱਟੀਆਂ, ਜੂਨ ਜੁਲਾਈ ਛੁੱਟੀਆਂ, ਦਸੰਬਰ ਛੁੱਟੀਆਂ, ਸੈਚਰਡੇ ਸੰਡੇ ਛੁੱਟੀਆਂ, ਪਰਮਿਸ਼ਨ ਵੀ ਤਾਂ ਲੈਣੀ ਪੈਂਦੀ। ਅਤੇ ਮੈਂ ਜਦੋਂ ਫਿਲਮ ਦੀ ਸ਼ੂਟਿੰਗ ਕਰਕੇ ਆਉਂਦਾ ਸੀ, ਮੈਨੂੰ ਹੈਂਗਓਵਰ ਨਹੀਂ ਸੀ ਹੁੰਦਾ, ਫਿਰ ਪੜ੍ਹਾਉਣਾ ਤਾਂ ਸਿਰਫ ਪੜ੍ਹਾਉਣਾ, ਜੇ ਮੈਂ ਪੜ੍ਹਾ ਰਿਹਾ ਤਾਂ ਸਿਰਫ ਪੜ੍ਹਾ ਰਿਹਾ, ਫਿਰ ਮੇਰਾ ਫਿਲਮ ਵੱਲ ਧਿਆਨ ਨਹੀਂ ਸੀ ਹੁੰਦਾ, ਸ਼ਾਇਦ ਇਸੇ ਚੀਜ਼ ਨੇ ਮੈਨੂੰ। ਲੇਕਿਨ ਚਲੋ ਆਪਣੇ ਮੂੰਹੋਂ ਨਹੀਂ ਮੈਂ ਕਹਿੰਦਾ, ਇਹ ਹੈ ਬੜਾ ਰੇਅਰ, ਬਿਲਕੁਲ ਸਰ, ਸਾਇੰਟਿਸਟ ਹੋਵੇ ਉਹ ਵੀ ਡਾਕਟਰੇਟ ਤੱਕ ਔਰ ਇੰਟਰਨੈਸ਼ਨਲ ਲੈਵਲ 'ਤੇ ਪਾਰਟੀਸਪੇਟ ਕੀਤਾ ਹੋਵੇ। ਔਰ ਇਹ ਗੱਲੋਂ ਮੈਂ ਬੜਾ ਖੁਸ਼ ਹਾਂ, ਮੈਂ ਹੁਣੇ ਅਸੀਂ ਤੂੰ ਜੀ ਨਾਲ ਇਹਨਾਂ ਨਾਲ ਗੱਲ ਕਰ ਰਿਹਾ ਸੀ, ਘੁੱਗੀ ਨਾਲ ਵੀ, ਸਾਰਿਆਂ ਨਾਲ, ਡਾਕਟਰ ਸਾਹਿਬ ਨਾਲ, ਵੀ ਮੈਂ ਤਕਰੀਬਨ ਹਰ ਆਰਟਿਸਟ ਨਾਲ ਕੰਮ ਕੀਤਾ, ਮਨਾ ਨਹੀਂ ਸੀ ਕਰਦਾ, ਕਿ ਮੈਨੂੰ ਅੱਛਾ ਲੱਗਦਾ ਸੀ। ਬੰਬੇ ਵੀ ਐਂਕਰਿੰਗ ਕਰਦਾ ਰਿਹਾ ਮੈਂ, ਉੱਥੇ ਲਤਾ ਜੀ ਨੇ ਆਉਣਾ, ਆਸ਼ਾ ਜੀ ਨੇ ਆਉਣਾ, ਸਾਰੇ ਆ ਸਭ, ਉਹਦੇ ਤਾਂ ਨਾਰਾਇਣ ਸ਼ਰਮਾ ਜੀ ਮੇਰਾ ਗਾਣਾ ਕਰਾ ਦਿਓ, ਖਲੋਜਾ ਮੈਂ, ਰੀਨਾ ਰੋਏ ਨੇ ਸਾਡੇ ਨਾਲ ਭੰਗੜਾ ਪਾਉਣਾ, ਬੜਾ ਇੰਜੋਏ ਕੀਤਾ ਲਾਈਫ ਨੂੰ, ਰੈਲਿਸ਼ ਕੀਤੀ ਲਾਈਫ।
ਸੋ ਫਿਲਮਾਂ ਵੀ ਨਾਲ ਨਾਲ ਕੀਤੀਆਂ। ਪੰਜਾਬੀ ਸਿਨੇਮਾ ਵੀ ਜਿਹੜਾ ਨਾ ਹੁਣ ਉਹ 'ਚ ਕਾਮੇਡੀ ਫਿਲਮਸ ਬਹੁਤ ਬਣ ਰਹੀਆਂ, ਤੁਸੀਂ ਵੀ ਦੇਖਦੇ ਹੋ, ਤੁਸੀਂ ਦੇਖਦੇ ਜੀ ਪਹਿਲਾਂ, ਤੁਹਾਨੂੰ ਇਹ ਦੱਸੋ ਪੰਜਾਬੀ ਫਿਲਮ। ਹਾਂ ਮੈਂ ਜ਼ਰੂਰ ਦੇਖਦਾ ਇਹ, ਮੈਂ ਪਿਟਾਰਾ ਵਾਲਿਆਂ ਦਾ ਬਹੁਤ ਗ੍ਰੇਟਫੁਲ ਹਾਂ, ਪਿਟਾਰਾ ਅਤੇ ਨਾਲ ਮਨੋਰੰਜਨ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀ, ਇਹਨੇ ਸਭ ਤੋਂ ਪਹਿਲੇ ਮੈਨੂੰ ਬੁਲਾਇਆ ਸੀ ਸ਼ਵਿੰਦਰ ਜੀ ਨੂੰ, ਸ਼ਾਇਦ ਮੈਨੂੰ, ਉਹ ਕੁੜੀ ਹੈਗੀ ਇੱਕ ਇੰਡੀਅਨ ਥੀਏਟਰ ਦੀ ਮੇਰੀ ਚੇਲੀ ਰਹੀ ਸੁਨੀਤਾ ਧੀਰ, ਫਿਲਮਾਂ ਦੇ ਵਿੱਚ ਕਮੈਂਟਰੀ ਕਰਕੇ ਫਿਲਮਾਂ ਰਿਕਾਰਡ ਕਰਕੇ ਟਾਈਪ। ਲੇਕਿਨ ਯਾਰ ਹੁਣ ਬੜਾ ਅੱਛਾ ਲੱਗਦਾ ਜੀ, ਮੈਂ ਤਾਂ ਆਹ ਮੇਰੀ ਫਿਲਮ ਪਰਸੋਂ ਚੌਥ ਆ ਰਹੀ ਸੀ ਬਗਾਵਤ ਗੁਰਦਾਸ ਮਾਨ ਦੀ, ਅਤੇ ਮੇਰੀ ਹੈ, ਸਾਨੂੰ ਐਂ ਲੱਗਦਾ ਜੀ ਜਿਉਂਦੇ ਹੋ ਗਏ। ਦੇਖੋ ਨਾ ਹੁਣ, ਦੇਖੋ ਹਰ ਆਦਮੀ ਦਾ ਇੱਕ ਟਾਈਮ ਹੁੰਦਾ, ਪੀਰੀਅਡ ਹੁੰਦਾ। ਅਸੀਂ ਆਪਣੇ ਜ਼ਮਾਨੇ 'ਚ ਬਹੁਤ ਫਿਲਮਾਂ ਕੀਤੀਆਂ, ਹੁਣ ਅੱਜ ਉਹ ਰੋਲ ਜਾਂ ਉੱਦਾਂ ਦਾ ਤਾਂ ਨਹੀਂ ਨਾ ਕਰ ਸਕਦੇ, ਮਿਲ ਜੇ ਕੋਈ ਕਰੈਕਟਰ ਐਕਟਰ ਦੇ ਕਰ ਲਓ। ਲੇਕਿਨ ਉਹ ਫਿਲਮਾਂ ਵੇਖ ਕੇ ਤਾਂ ਫਿਰ ਸਾਰਾ ਪੁਰਾਣਾ ਯਾਦ ਆ ਜਾਂਦਾ, ਔਰ ਐਂ ਲੱਗਦਾ ਉਹ ਤੁਹਾਨੂੰ ਪਿਟਾਰਾ ਵਾਲੇ ਹੋ, ਇਹਨਾਂ ਨੇ ਜਿਉਂਦਿਆਂ ਕਰਤਾ। ਹੁਣ ਲੋਕ ਸਾਨੂੰ ਫਿਰ ਉਹ ਤੁਹਾਡੀ ਫਿਲਮ ਦੇਖੀ ਜੀ ਪਿਟਾਰਾ 'ਤੇ, ਉਹ ਜਨਰੇਸ਼ਨ ਜਿਨ੍ਹਾਂ ਨੇ ਸਾਨੂੰ ਵੇਖਿਆ ਨਹੀਂ ਹੋਇਆ, ਸੋ ਬੜਾ ਅੱਛਾ ਲੱਗਦਾ। ਸਰ ਅੱਜ ਦੇ ਟਾਈਮ 'ਚ ਤੁਹਾਨੂੰ ਬੈਸਟ ਕਮੇਡੀਅਨ ਕੌਣ ਲੱਗਦੇ ਆ ਵੀ ਇਹਨਾਂ ਦੀ ਮੈਨੂੰ? ਨਾ ਨਾ ਯਾਰ, ਨਾ ਔਖਾ ਸਵਾਲ ਨਹੀਂ ਪੁੱਛਣਾ, ਸੌਖਾ ਹੀ ਆ ਜੀ ਇੱਕ ਨਾ। ਤੁਸੀਂ ਇੱਕ ਬੰਦਾ ਦੇਖੋ, ਬੈਸਟ ਕਮੈਂਟ ਬੈਸਟ, ਹਰ ਬੰਦਾ ਬੈਸਟ ਹੁੰਦਾ, ਹਰ ਬੰਦੇ ਦਾ ਆਪਣਾ ਆਪਣਾ ਸਟਾਈਲ ਹੁੰਦਾ, ਹਰ ਬੰਦੇ ਦਾ ਕਾਮੇਡੀ ਕਰਨ ਦਾ ਆਪਣਾ ਆਪਣਾ ਸਟਾਈਲ। ਜੇ ਹਰ ਬੰਦਾ ਇੱਕੋ ਤਰ੍ਹਾਂ ਹੀ ਕਾਮੇਡੀ ਕਰੇਗਾ ਫਿਰ ਉਹ ਗੱਲ ਨਹੀਂ ਬਣੇਗੀ। ਹੁਣ ਆਹ ਮੁੰਡੇ ਜਿਹੜੇ ਹੁਣ ਆਏ ਨੇ, ਆਈ ਐਮ ਪ੍ਰਾਊਡ ਆਫ ਦੈਮ, ਮੇਰੇ 'ਤੇ ਅਜ਼ੀਜ਼ ਹੈ। ਵਰਿੰਦਰ ਢਿੱਲੋਂ ਹੋ ਗਿਆ, ਘੁੱਗੀ ਹੋ ਗਿਆ ਖਾਸ ਕਰਕੇ, ਅਤੇ ਭੱਲਾ ਹੋ ਗਿਆ, ਉਹ ਰਾਣਾ ਹੋ ਗਿਆ, ਇਹ ਲੋਕ ਮੇਰੇ 'ਤੇ ਅਜ਼ੀਜ਼ ਹੈ। ਅਤੇ ਇਹ ਇਹਨਾਂ ਦਾ ਹਰ ਇੱਕ ਦਾ ਇੱਕ ਆਪਣਾ ਆਪਣਾ ਸਟਾਈਲ ਹੈ, ਕਿਉਂਕਿ ਟਾਈਮਿੰਗ ਹੁੰਦੀ ਐਕਟਿੰਗ ਦੇ ਵਿੱਚ, ਲਫ਼ਜ਼ ਹੁੰਦਾ ਟਾਈਮਿੰਗ। ਕਾਮੇਡੀ 'ਚ ਮੈਕਸੀਮਮ ਟਾਈਮਿੰਗ ਹੈ। ਤੁਸੀਂ ਦੇਖੋ ਬੜੇ ਬੜੇ ਵੱਡੇ ਸੁਪਰ ਸਟਾਰ ਹਿੰਦੀ ਫਿਲਮਾਂ ਦੇ, ਅਮਿਤਾਭ ਸਾਹਿਬ, ਉਹਨਾਂ ਦਾ ਜੀ ਕੀਤਾ ਕਾਮੇਡੀ ਕਰਨ ਨੂੰ, ਉਹਨਾਂ ਨੇ ਦੋ ਤਿੰਨ ਫਿਲਮਾਂ 'ਚ ਕੀਤੀ, ਦੇ ਵਾਂਟ ਟੂ ਡੂ ਕਾਮੇਡੀ। ਧਰਮ ਭਾਜੀ ਨੇ ਕੀਤੀ, ਦਲੀਪ ਕੁਮਾਰ ਜੀ ਨੇ ਕੀਤੀ ਕੋਹੇ ਨੂਰ 'ਚ, ਮੀਨਾ ਕੁਮਾਰੀ ਨੇ ਕੀਤੀ, ਜਿਹੜੇ ਸੀਰੀਅਸ ਗਿਣੇ ਜਾਣ। ਇਹਨਾਂ ਦਾ ਅੰਦਰੋਂ ਮਨ ਕਰਦਾ ਕਾਮੇਡੀ ਕਰਨ, ਅਤੇ ਉਹ ਕਰਦੇ ਕਾਮੇਡੀ, ਅਸੀਂ ਤਾਂ ਫਿਰ ਕਰਦੇ ਹੀ ਕਾਮੇਡੀ ਹੈ, ਮੇਰਾ ਆਪਣਾ ਸਟਾਈਲ ਹੈ। ਹਾਂ ਇਹ ਹੈ ਵੀ ਇਸ ਲਾਈਨ ਦੇ ਵਿੱਚ ਬੰਦਾ ਉਹ ਚੱਲਦਾ ਜਿਹਦੇ ਕੋਲ ਆਪਣਾ ਸਟਾਈਲ ਹੈ, ਨਹੀਂ ਤਾਂ ਫੌਰਨ ਕਹਿ ਦਿੰਦੇ ਆ ਉਹ ਯਾਰ ਉਹਦੇ ਫਲਾਣੇ ਦੀ ਨਕਲ ਮਾਰਦੇ। ਫਿਲਮ ਲਾਈਨ 'ਚ ਬੜੇ ਬੜੇ ਨਿਕਲ ਗਏ ਸਿੰਗਰ ਆਰਟਿਸਟ ਜਿਨ੍ਹਾਂ ਨੂੰ ਠੱਪਾ ਲਾ ਦਿੰਦੇ ਯਾਰ ਉਹਦੀ। ਹਾਂ ਇਹ ਹੈ ਵੀ ਆਪਣਾ ਸਟਾਈਲ ਬਣਾਓ, ਅਲੱਗ ਬਣਾਓ। ਮੇਰਾ ਆਪਣਾ ਸੀ, ਘੁੱਗੀ ਦਾ ਆਪਣਾ ਹੀ ਹੈ, ਇਹ ਮੁੰਡਿਆਂ ਦਾ ਆਪਣੇ ਜੀਵਦੇ ਰਹਿਣ, ਗੋਡ ਬਲੈਸ ਦੈਮ। ਇਹਨਾਂ ਨੇ ਗਾਂਹ ਤੋਰਿਆ ਕੰਮ, ਹੁਣ ਅਸੀਂ ਹੁਣ ਕਰ ਨਹੀਂ ਸਕਦੇ, ਬਹੁਤ ਵਧੀਆ ਕੰਮ ਕਰ ਰਹੇ। ਹੱਸਣਾ ਕਿਤੇ ਸੌਖਾ? ਅੱਜ ਕੱਲ੍ਹ ਦੇ ਜ਼ਮਾਨੇ ਇਹ ਹਸਾਉਂਦੇ ਨੇ, ਅਸੀਂ ਤਾਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਕੋਮੇਡੀਅਨਸ, ਬਹੁਤ ਬਹੁਤ ਵਧੀਆ ਕਰ ਰਹੇ ਕੰਮ। ਸਰ ਅੱਜ ਤੁਸੀਂ ਨੌਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਆਫਿਸ ਆਇਆ, ਬਰਥਡੇ ਸੈਲੀਬ੍ਰੇਟ ਕੀਤਾ ਤੁਹਾਡਾ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਉਹ ਯਾਰ ਦਾ ਪੁੱਛ ਨਾ ਕੁਛ, ਪੁੱਛ ਨਾ ਕੁਛ, ਮੈਂ ਇੱਥੇ ਬੈਠਿਆਂ ਬੈਠਿਆਂ ਇੱਕ ਸ਼ੇਰ ਲਿਖਤਾ, ਮੇਰੇ ਮੂੰਹੋਂ ਨਿਕਲ ਗਿਆ ਭਈ ਕੀ ਸੀ, ਇਸੇ ਜ਼ਿਆਦਾ ਮੁਕੱਦਰ ਕਿਆ ਹੋਗਾ, ਦੋਸਤ ਮਿਲ ਗਏ ਸਾਰਾ ਜਹਾਂ ਮਿਲ ਗਿਆ। ਉਹ ਮੈਂ ਗਜ਼ਲਾਂ ਵੀ ਲਿਖੀਆਂ ਉਰਦੂ ਦੀਆਂ, ਅਤੇ ਮੈਨੂੰ ਬਹੁਤ, ਮੈਂ ਮਤਲਬ ਕੱਲ੍ਹ ਮੈਨੂੰ ਜਦੋਂ ਫੋਨ ਆਇਆ ਨਾ ਇਹਨਾਂ ਦਾ ਕਿ ਜੀ ਤੁਸੀਂ ਕੱਲ੍ਹ ਕੀ ਕਰ ਰਹੇ ਹੋ, ਮੇਰੇ ਆਹ ਪ੍ਰੋਬਲਮ ਆ ਗਈ ਸੀ ਸ਼ੈਟਿਕਾ ਪੈਂਦੀ, ਮੈਂ ਯਾਰ ਮੈਂ ਘਰ ਹੀ ਆਉਣਾ, ਤੁਹਾਡਾ ਬਰਥਡੇ ਸੈਲੀਬ੍ਰੇਟ ਕਰਨਾ। ਮੈਂ ਕਿਹਾ ਯਾਰ ਇਸ ਤੋਂ ਵੱਡਾ ਕੰਮ ਕੀ ਹੋ ਸਕਦਾ, ਮੈਨੂੰ ਦੱਸ ਆਉਣਾ ਕਿੰਨੇ ਵਜੇ? ਕਹਿੰਦੇ ਨਹੀਂ ਤੁਹਾਨੂੰ ਲੈ ਕੇ ਜਾਵਾਂਗੇ। ਦੇਖੋ ਕਿੰਨਾ ਅੱਛਾ ਲੱਗਦਾ, ਇਹ ਕੀ ਹੈ, ਇੱਕ ਸਿਰਫ ਇਹ ਲਾਈਨ ਹੈ। ਮੈਂ ਤਾਂ ਸਟੇਜ 'ਤੇ ਕਹਿੰਦਾ ਹੁੰਦਾ ਕਈ ਵਾਰੀ ਸਾਰਿਆਂ ਨੂੰ ਕਿ ਇਹ ਲਾਈਨ ਹਾਲੇ ਹੈ ਜਿਹਦੇ ਵਿੱਚ, ਮੈਂ ਕਿਹਾ ਸੀ ਜਦੋਂ ਪਲੇ ਕਰਾਉਂਦੇ ਹਾਂ ਸਟੇਜ 'ਤੇ ਚੜ੍ਹਨ ਤੋਂ ਪਹਿਲੇ ਬੰਦਾ ਮੱਥਾ ਟੇਕਦਾ, ਉਸ ਤੋਂ ਬਾਅਦ ਜਾ ਕੇ ਅਰਦਾਸ ਕਰਦਾ ਵਾਹਿਗੁਰੂ ਦੀ, ਉਸ ਤੋਂ ਬਾਅਦ ਜਿਹਨੇ ਸਿਖਾਇਆ ਉਹਦੇ ਪੈਰੀ ਹੱਥ ਲਾਉਂਦਾ, ਉਸ ਤੋਂ ਬਾਅਦ ਉਹ ਪਰਫੋਰਮ ਕਰਦਾ। ਮੈਂ ਕਿਹਾ ਕਿਸੇ ਸਟੂਡੈਂਟ ਨੂੰ ਦੇਖਿਆ ਕਾਲਜ ਬਣਨ ਲੱਗਿਆ ਦਲੀਜਾਂ ਨੂੰ ਐਂ ਕਰਦਾ ਹੋਵੇ? ਨਹੀਂ ਕਰੂਗਾ, ਜਾ ਕੇ ਪ੍ਰੋਫੈਸਰ ਦੇ ਪੈਰੀ ਹੱਥ ਲਾਉਂਦੇ। ਕਦੇ ਵੇਖਿਆ? ਮੈਂ ਕਿਹਾ ਇਹੀ ਲਾਈਨ ਬਚੀ ਪਈ ਹੈ ਕਲਾਕਾਰਾਂ ਦੀ, ਇਹਨਾਂ ਦੀ ਇੱਜ਼ਤ ਕਰੋ। ਅਸੀਂ ਬੱਚਿਆਂ ਨੂੰ ਕੀ ਸਿਖਾਉਂਦੇ ਹਾਂ ਇਹ ਵੀ ਦੇਖੋ, ਤੁਸੀਂ ਇੱਜ਼ਤ ਕਰਨਾ ਸਿਖਾਉਂਦੇ ਹਾਂ। ਤਾਂ ਉਹ ਫਿਰ ਹੁਣ ਠੀਕ ਹੈ, ਚੱਲਦਾ ਸਾਰਾ।
ਸਰ ਵੈਸੇ ਤੁਹਾਨੂੰ ਲਾਈਫ ਦੇ ਵਿੱਚ ਕਾਫੀ ਅਵਾਰਡਸ ਕੰਪਲੀਮੈਂਟਸ ਮਿਲੇ ਹੋਣਗੇ, ਇੱਕ ਗੱਲ ਤੁਹਾਨੂੰ ਯਾਦ ਹੋਵੇ ਜਾਂ ਕੰਪਲੀਮੈਂਟ ਮਿਲਿਆ ਹੋਵੇ ਜਿਹੜਾ ਤੁਹਾਨੂੰ ਲੱਗਾ ਹੋਵੇ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਮੇਰਾ ਬੈਸਟ ਮੂਮੈਂਟ ਸੀ ਲਾਈਫ ਦਾ? ਇਹ ਵੀ ਔਖਾ ਜਿਹਾ ਹੀ ਕੰਮ ਹੈ। ਬੈਸਟ ਮੂਮੈਂਟ ਤਾਂ ਹੁਣ ਫਿਲਮ ਦੇ ਵਿੱਚ ਤਾਂ ਨਹੀਂ ਹੈ, ਉਹ ਥੀਏਟਰ ਥੂਟਰ ਦੇ ਉੱਪਰ ਤਾਂ ਹੋ ਜਾਂਦਾ, ਫਿਲਮਾਂ ਦੇ ਵਿੱਚ ਤਾਂ ਜਦੋਂ ਮੈਂ ਸਰਪੰਚ 'ਚ ਕੰਮ ਕੀਤਾ ਸੀ ਉਹ ਕੁਦਰਤੀ ਮੇਰੇ ਕੋਲ ਹੋ ਗਿਆ ਕੰਮ, ਅੱਛਾ ਸੀ ਉਹ, ਅਤੇ ਉਹ ਫਿਰ ਮੈਨੂੰ ਪ੍ਰੀਤੀ ਸਪਰੂ ਉਹ ਕੈਸੇਟ ਲੈ ਕੇ ਗਈ ਜੇ ਓਮ ਪ੍ਰਕਾਸ਼ ਜੀ ਕੋਲ ਔਰ ਗੁਲਜ਼ਾਰ ਸਾਹਿਬ ਕੋਲ, ਦੋਵੇਂ ਹੀ ਕਿੱਡੇ ਵੱਡੇ ਪ੍ਰੋਡਿਊਸਰ ਡਾਇਰੈਕਟਰ, ਉਹ ਲੈ ਕੇ ਤਾਂ ਆਪਣੇ ਹੱਥ 'ਤੇ ਗਈ ਸੀ ਅਤੇ ਉਹ ਗੁਲਜ਼ਾਰ ਸਾਹਿਬ ਕਹਿੰਦੇ ਪ੍ਰੀਤੀ ਚੱਲ ਤੇਰੀ ਤਾਂ ਗੱਲ ਹੈ, ਆਹ ਬੰਦਾ ਕੌਣ ਹੈ? ਉਹ ਕਹਿੰਦੀ ਜੀ ਇਹ ਪ੍ਰੋਫੈਸਰ ਆ, ਉੱਥੇ ਪੜ੍ਹਾਉਂਦਾ ਯੂਨੀਵਰਸਿਟੀ, ਉਹ ਲੈਕਚਰਾਂ ਨੂੰ ਪ੍ਰੋਫੈਸਰ ਹੀ ਕਹਿੰਦਾ। ਕਹਿੰਦਾ ਕਿਆ, ਇਹ ਕੈਮਿਸਟਰੀ ਦਾ ਬੰਦਾ ਹੈ? ਕਹਿੰਦੇ ਇਹ ਬੰਦਾ ਆਪਣਾ ਟਾਈਮ ਵੇਸਟ ਕਰ ਰਿਹਾ, ਇਹਨੂੰ ਕਹੋ ਬੋਂਬੇ ਆਵੇ। ਉਹ ਉਦੋਂ ਫਿਲਮ ਬਣਾ ਰਹੇ ਸੀ ਅੰਗੂਰ, ਅੰਗੂਰ ਦੇ ਵਿੱਚ ਡਬਲ ਰੋਲ ਸੀ। ਮੈਂ ਗਿਆ ਬੋਂਬੇ, ਮੈਂ ਮਿਲਿਆ, ਮੈਂ ਕਿਹਾ ਜੀ ਇਸ ਤਰ੍ਹਾਂ, ਅਤੇ ਉਹ ਕਹਿੰਦੇ ਭਾਈ ਤੈਨੂੰ ਫਿਰ ਇੱਥੇ ਰਹਿਣਾ ਪਊਗਾ ਬੋਂਬੇ, ਇਹ ਨਹੀਂ ਸੰਜੀਵ ਕੁਮਾਰ ਦੀ ਡੇਟ ਮਿਲ ਜਾਏ ਮੈਂ ਚੰਡੀਗੜ੍ਹੋਂ ਤੁਹਾਨੂੰ ਬੁਲਾਵਾਂ, ਪਰ ਮੇਰੀ ਇੱਛਾ, ਮੇਰਾ ਮਾਨ ਆ ਕਿ ਮੈਂ ਤੁਹਾਨੂੰ ਉਸ ਰੋਲ 'ਚ ਲਵਾਂ। ਮੈਂ ਕਿਹਾ ਸਰ ਮੈਂ ਆਪਣੀ ਨੌਕਰੀ, ਬੜੀ ਖੂਬਸੂਰਤ ਵਾਈਫ, ਬੜੇ ਦੋ ਪਿਆਰੇ ਬੱਚੇ ਛੱਡ ਕੇ ਮੈਂ ਨਹੀਂ ਬੋਂਬੇ ਆਉਣਾ, ਇੱਥੇ ਮੈਂ ਆਏ ਫਿਲਮ ਤੋਂ ਬਾਅਦ ਮੈਂ ਫਲੋਪ ਹੋ ਜਾਵਾਂ, ਮੈਂ ਕਿੱਧਰ ਜਾਊਂਗਾ? ਕਹਿੰਦੇ ਯਾਰ ਤੂੰ ਤਾਂ ਸੱਚਮੁੱਚ ਹੀ ਸਾਇੰਟਿਸਟ ਹੈ, ਪ੍ਰੈਕਟੀਕਲ ਬੰਦਾ। ਪਰ ਮੈਂ ਕਿਹਾ ਜੀ ਖੁਸ਼ੀ ਹੋਈ, ਗੁਲਜ਼ਾਰ ਸਾਹਿਬ ਜਿਹਨੂੰ ਕਹਿ ਦੇਣ ਕਿ ਤੇਰੀ ਟਾਈਮਿੰਗ ਬਹੁਤ ਵਧੀਆ, ਤੂੰ ਕੋਮੇਡੀਅਨ ਆ, ਮੈਂ ਜੀ ਮੇਰੇ ਵਾਸਤੇ ਇਸ ਤੋਂ ਵੱਡਾ ਅਵਾਰਡ ਕੋਈ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਫਿਰ ਮੈਨੂੰ ਜੇ ਓਮ ਪ੍ਰਕਾਸ਼ ਜੀ ਨੇ ਕਹਿ ਦਿੱਤਾ, ਉਹਨਾਂ ਨੇ ਮੈਨੂੰ ਆਪਣੀ ਫਿਲਮ 'ਚ ਲਿਆ ਸੀ, ਉਹ ਪੰਜਾਬ 'ਚ ਹੋਈ ਸੀ ਅਤੇ ਉਹ ਸਾਰੀਆਂ ਫਿਲਮਾਂ ਤੇ ਬਣਾਉਂਦੇ ਸੀ, ਆਨ ਮਿਲੋ ਸੱਜਣਾ, ਆਇਆ ਸਮਨ ਝੂਮ ਕੇ, ਆਸ਼ਾ, ਉਹਨਾਂ ਨੇ ਬਣਾਈ ਸੀ ਫਿਲਮ, ਆਸਰਾ ਪਿਆਰ ਦਾ ਬਣਾਈ ਸੀ ਉਹਨਾਂ ਨੇ, ਨਵੀਨ ਨਿਸ਼ਚਲ, ਆਪਣਾ ਰਾਜ ਬੱਬਰ, ਆ ਸਾਡੀ ਐੱਮ ਪੀ ਕਿਰਨ ਖੇਰ, ਮੈਂ ਸੀ, ਅਸੀਂ ਫਿਰ ਉਹ ਫਿਲਮ ਉਹਨਾਂ ਦੀ ਕੀਤੀ, ਮੈਂ ਵੈਰੀ ਹੈਪੀ। ਫਿਰ ਲਤਾ ਜੀ ਦਾ ਇੱਕ ਵਾਰੀ ਕੰਪਲੀਮੈਂਟ ਮਿਲਿਆ ਸੀ, ਮਰਜਣੇ ਕਿਆ ਬੋਲ ਗਿਆ ਤੂੰ ਮੇਰੇ ਬਾਰੇ, ਮੈਂ ਐਂਕਰਿੰਗ 'ਤੇ ਬੋਂਬੇ ਫੋਟੋ ਖਿਚਾਈ ਤਾਂ ਉਹਨੇ ਦੀਦੀ ਬੋਲਿਆ ਪਏ, ਇੱਕੋ ਫੋਟੋ ਮੇਰੇ ਡਰਾਇੰਗ ਰੂਮ 'ਚ ਲੱਗੀ, ਹੁਣ ਉਹ ਐਂਕਰਿੰਗ ਦਾ ਫਿਰ ਲੰਬਾ ਕੰਮ ਹੈ। ਸੋ ਐਕਸਪੀਰੀਅੰਸ ਤਾਂ ਮੇਰੇ ਇੰਨੇ ਨੇ ਵੀ ਮਤਲਬ ਪੁੱਛੋ ਨਾ ਕੁਛ, ਇਹਨਾਂ ਨੇ ਸ਼ੇਅਰ ਤੁਹਾਡੇ ਸਾਹਮਣੇ ਕਰਤਾ ਬੈਠਾ ਜੀ, ਉਹ ਯਾਦ ਆਈ ਜਾਂਦੇ ਆ ਉਸ ਵੇਲੇ। ਸਰ ਜਿੱਦਾਂ ਇੰਨਾ ਐਕਸਪੀਰੀਅੰਸ ਹੋ ਗਿਆ ਤੁਹਾਡਾ ਇਸ ਇੰਡਸਟਰੀ ਵਿੱਚ, ਹੁਣ ਤੁਹਾਡਾ ਮਨ ਨਹੀਂ ਕਰਦਾ ਵੀ ਤੁਸੀਂ ਫਿਲਮ ਡਾਇਰੈਕਸ਼ਨ ਵਾਲੀ ਲਾਈਨ 'ਚ ਆਓ ਅਤੇ ਫਿਲਮ? ਹਾਂ ਬਿਲਕੁਲ ਮਨ ਕਰਦਾ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਇਹ ਸੀ ਵੀ ਜਦੋਂ ਮੈਂ ਰਿਟਾਇਰ ਹੋ ਜਾਊਂਗਾ ਨਾ, ਮੈਂ ਰਿਟਾਇਰ ਹੋਇਆ ਤਾਂ ਮੈਨੂੰ ਯੂਨੀਵਰਸਿਟੀ ਨੇ ਕਿਹਾ ਵੀ ਤੈਨੂੰ ਛੱਡਣਾ ਨਹੀਂ, ਵਾਈਸ ਚਾਂਸਲਰ ਨੇ ਮੈਨੂੰ ਆਪਣੇ ਐਡਵਾਈਜ਼ਰ ਲਾ ਲਿਆ, ਐਡਵਾਈਜ਼ਰ ਟੂ ਵਾਈਸ ਚਾਂਸਲਰ ਕਲਚਰ ਐਂਡ ਅਕੈਡਮਿਕ, 8 ਸਾਲ ਮੈਂ ਉਹ ਰਿਹਾ, ਬੜੀ ਵੱਡੀ ਗੱਲ ਹੁੰਦੀ। ਮੈਂ ਸੋਚਿਆ ਸੁਰਿੰਦਰ ਸ਼ਰਮਾ ਜਦੋਂ ਤੂੰ ਕੰਮ ਕਰਦਾ ਸੀ ਤੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਸੀ, ਸ਼ਰਮਾ ਜੀ ਸਾਨੂੰ ਫਿਲਮ ਲਿਖ ਦਿਓ, ਮੈਂ ਲਿਖੀਆਂ ਵੀ ਹੈ, ਕਾਂਧੋਲੇ ਪਰਦੇਸ਼, ਨਿੰਮੋ, ਅਤੇ ਕੰਮ ਕੁੰਮ ਤਾਂ ਚਲੋ ਇਸ ਉਮਰ ਜਿੰਨਾ ਹੁੰਦਾ, ਲਿਖਣ ਵਾਸਤੇ ਡਾਇਰੈਕਸ਼ਨ ਵਾਸਤੇ ਆਉਣਗੇ। ਉਹ ਮੇਰੀ ਮਿਸਕੈਲਕੂਲੇਸ਼ਨ ਹੋ ਗਈ, ਜਦੋਂ ਮੈਂ ਰਿਟਾਇਰ ਹੋਇਆ ਇੱਕ ਤਾਂ ਮੇਰੀ ਉਹ ਛਟਕਾ ਮਾਰ ਗਈ, ਦੂਜੇ ਭਾਈ ਮੇਰੇ ਕੋਲ ਆਇਆ ਹੀ ਕੋਈ ਨਹੀਂ ਕਿ ਜੀ ਫਿਲਮ ਡਾਇਰੈਕਟ ਕਰ ਦਿਓ ਜਾਂ ਸਾਡੀ ਫਿਲਮ ਲਿਖ ਦਿਓ। ਮੈਂ ਬਾਅਦ 'ਚ ਸੋਚਿਆ ਵੀ ਚੱਕਰ ਕੀ ਹੈ, ਉਹ ਫਿਰ ਮੈਂ ਦੇਖਿਆ ਹੁਣ ਥੋੜ੍ਹਾ ਜਿਹਾ ਜ਼ਮਾਨਾ ਬਦਲ ਗਿਆ, ਉਹ ਬੰਦਾ ਆਪ ਹੀ ਰਾਈਟਰ ਹੈ, ਆਪ ਹੀ ਡਾਇਰੈਕਟਰ ਹੈ, ਆਪ ਹੀ ਹੀਰੋ ਹੈ, ਆਪ ਹੀ ਸਾਰਾ ਕੁਛ ਨੇ, ਬੜੀ ਵਧੀਆ ਗੱਲ ਹੈ, ਵਨ ਮੈਨ ਸ਼ੋਅ ਲਿਖਣਾ ਚਾਹੀਦਾ। ਲੇਕਿਨ ਜੋ ਮੈਂ ਸੋਚਿਆ ਸੀ ਉਹ ਭਾਈ ਨਹੀਂ ਕੰਮ ਮਿਲਿਆ। ਜੇ ਮੈਂ ਐਵੇਂ ਕਹਿਦਾ ਨਹੀਂ ਜੀ ਮੇਰੇ ਕੋਲ ਬੰਦੇ ਆਏ ਸੀ, ਮੈਂ ਕਿਹਾ ਜਾਓ ਜਾਓ ਮੈਂ ਨਹੀਂ ਕਰਦਾ, ਨਾ ਆਏ ਨਹੀਂ ਕੋਈ, ਕੋਈ ਆਜੂਗਾ ਆ ਵਿਲ ਡੈਫੀਨੇਟਲੀ ਡੂ ਇਟ। ਮੇਰਾ ਮਨ ਕਰਦਾ ਫਿਲਮ ਡਾਇਰੈਕਟ ਕਰਨ 'ਚ, ਕਿਉਂਕਿ ਜੋ ਮੈਂ ਸਿੱਖਿਆ ਹੋਇਆ ਨਾ, ਗਾਣੇ ਰਿਕਾਰਡ ਕਰਾਏ ਕਮਰਿਆਂ ਦੇ ਵਿੱਚ, ਉਹ ਮੈਂ ਹੁਣ 10 ਘੰਟਿਆਂ, ਡਾਂਸ ਡਾਇਰੈਕਸ਼ਨ ਫਿਲਮ 'ਚ ਮੈਂ ਕੀਤੀ, ਡਾਇਰੈਕਸ਼ਨ ਵੀ ਕੀਤੀ ਹੋਈ ਐਜ ਅਸਿਸਟੈਂਟ, ਲਿਖੀਆਂ ਵੀ ਹੈ ਫਿਲਮਾਂ, ਬਹੁਤ ਕੰਮ ਕੀਤਾ। ਫਿਰ ਮੇਰਾ ਮਨ ਕਰਦਾ ਕਿ ਜੋ ਮੇਰਾ ਤਜਰਬਾ ਹੈ, ਜੋ ਕਿਉਂਕਿ ਕਿਤੇ ਕਿਤੇ ਦੇਖਦੇ ਹਾਂ ਫਿਲਮਾਂ 'ਚ, ਪੈਸੇ ਗੱਲ ਕਰ ਰਿਹਾ ਮੈਂ, ਉਹਨੇ ਕਿਤੇ ਨਾ ਕਿਤੇ
ਨਜ਼ਰ ਆਉਂਦਾ ਕੁਛ ਵੀ ਨਹੀਂ। ਮੈਂ ਤੁਹਾਡੇ ਕੋਲ ਪੁੱਛਣ ਜਿੱਦਾਂ ਤੁਸੀਂ ਕਹਿ ਦਿੱਤਾ ਵੀ ਵਨ ਮੈਨ ਸ਼ੋਅ ਆ ਸਰ, ਪੰਜਾਬੀ ਫਿਲਮਾਂ ਬਣ ਤਾਂ ਬਹੁਤ ਰਹੀਆਂ ਪਰ ਹਿੱਟ ਕੋਈ ਟਾਵੀਂ ਟਾਵੀਂ ਹੁੰਦੀ ਹੈ, ਇਸ ਗੱਲ ਦਾ ਕੋਈ ਉਹਲਾ ਨਹੀਂ ਹੈਗਾ, ਕੋਈ ਪਰਦਾ ਨਹੀਂ ਹੈਗਾ ਵੀ ਤੁਹਾਨੂੰ ਲੱਗ ਨਹੀਂ ਰਿਹਾ ਵੀ ਜਲਦੀ ਦੇ ਵਿੱਚ ਪਰਫੈਕਟ ਚੀਜ਼ ਨਹੀਂ ਨਿਕਲ ਕੇ ਆ ਰਹੀ। ਨਹੀਂ 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 ਜਲਦੀ ਨਹੀਂ ਹੈ ਉਹ ਯਾਰ, ਹੁਣ ਇਹ ਨਾ ਬੜਾ ਟੇਢਾ ਜਿਹਾ ਸਵਾਲ, ਐਕਚੁਅਲੀ ਕੀ ਹੈ ਸਬਜੈਕਟ ਖਤਮ ਹੋ ਗਏ। ਹਾਂਜੀ, ਕੋਈ ਨਵਾਂ ਸਬਜੈਕਟ ਲਿਆਓ, ਤੂੰ ਮੁੰਡੇ ਲਿਖ ਰਹੇ ਨਵੇਂ ਸਬਜੈਕਟ ਲਿਖਣਗੇ। ਉਹ ਕੀ ਹੈ ਨਾ ਜਦੋਂ ਫਿਰ ਅਸੀਂ ਹਿੰਦੀ ਫਿਲਮਾਂ ਬਣਾਉਣ ਲੱਗ ਜਾਂਦੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਪੰਜਾਬੀ ਫਿਲਮ ਬਣਾਈ, ਜਦ ਤੁਸੀਂ ਕਹੋ ਮੈਂ ਫਿਲਮ ਬਣਾਈ। ਹਾਂ ਬਸ ਇੰਨਾ ਹੀ ਬਹੁਤ ਹੈ, ਫਿਰ ਨਹੀਂ ਤਾਂ ਲੋਕ ਫਿਰ ਹਿੰਦੀ ਫਿਲਮਾਂ ਦੇਖਣਗੇ, ਉਹ ਸਾਡੀਆਂ ਪੰਜਾਬੀ ਕਿਉਂ ਦੇਖਣਗੇ। ਨੰਬਰ 2, ਇਹ ਮੇਰੀ ਵੱਡਾ ਸੀਨੀਅਰ ਹੋਣ ਦੇ ਨਾਤੇ ਐਡਵਾਈਸ ਹੈ, ਰੁਕ ਰੁਕ ਕੇ ਰਿਲੀਜ਼ ਕਰਿਆ ਕਰੋ। ਇੱਕ ਹਫ਼ਤੇ ਲੱਗ ਗਈ ਫਿਲਮ, ਅਗਲੇ ਹਫ਼ਤੇ ਫਿਰ ਲੱਗ ਗਈ, ਅਗਲੇ ਹਫ਼ਤੇ ਫਿਰ ਲੱਗ ਗਈ। ਉਹ ਹਿੰਦੀ ਫਿਲਮਾਂ ਨਹੀਂ ਇੰਨਾ ਕੋਈ ਵਿਊਅਰ ਦੇਖਦਾ, ਪੰਜਾਬੀ ਫਿਲਮ ਬੜੀ ਬੜੀ ਵਧੀਆ ਫਿਲਮ ਹੈ, ਰੁਕ ਕੇ ਲਾਓ, 2 ਹਫ਼ਤੇ ਦਾ ਗੈਪ ਪਾ ਲਓ, 3 ਹਫ਼ਤੇ ਦਾ ਗੈਪ ਪਾ ਲਓ, ਇਹ ਮੇਰੀ ਐਡਵਾਈਸ ਹੈ। ਅਦਰਵਾਈਜ਼ ਨਹੀਂ ਭਾਈ ਬੁਰਾ ਨਾ ਮੰਨੋ ਕੁਝ, ਉਹਦੇ ਨਾਲ ਬੜਾ ਹੁੰਦਾ, ਲੋਕ ਵੇਟ ਕਰਦੇ ਪੰਜਾਬੀ ਫਿਲਮ ਆਏਗੀ ਲੱਗੇਗੀ, ਜਿਵੇਂ ਸਾਡੇ ਵੇਲੇ ਹੁੰਦਾ ਸੀ। ਅਤੇ ਇਹ ਹੈ ਬਸ ਸਰ, ਇੱਕ ਕੁਸਚਨ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਵੀ ਦੇਖੋ ਤੁਹਾਡਾ ਬਹੁਤ ਤਜਰਬਾ ਇਸ ਇੰਡਸਟਰੀ ਵਿੱਚ, ਤੁਸੀਂ ਬਹੁਤ ਕੰਮ ਕੀਤਾ ਜੀ, ਵੱਖਰੇ ਵੱਖਰੇ ਕਰੈਕਟਰਸ, ਵੱਖਰੇ ਵੱਖਰੇ ਰੋਲਸ, ਹੁਣ ਵੀ ਬਹੁਤ ਕਰੇਜ਼ ਹੋ ਗਿਆ ਇਸ ਇੰਡਸਟਰੀ ਵਿੱਚ ਆਉਣ ਲਈ, ਬਹੁਤ ਲੋਕ ਕੰਮ ਕਰਨਾ ਚਾਹੁੰਦੇ ਲਾਈਫ ਦੇ ਵਿੱਚ ਵੀ, ਜਿਹੜੇ ਇਸ ਲਾਈਨ 'ਚ ਆਉਣਾ ਚਾਹੁੰਦੇ ਆ ਉਹਨਾਂ ਲਈ ਤੁਹਾਡਾ ਕੀ ਮੈਸੇਜ ਆ ਵੀ ਕੀ ਕਰਨਾ ਚਾਹੀਦਾ, ਕਿੱਦਾਂ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ, ਜਾਂ ਇਸ ਫੀਲਡ ਦੇ ਵਿੱਚ ਆਉਣ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ? ਦੇਖੋ ਇਸ ਤਰ੍ਹਾਂ ਵੀ ਮੈਂ ਹੁਣ ਤੁਹਾਨੂੰ ਜਿਵੇਂ ਦੱਸਿਆ ਨਾ, ਮੈਂ ਧੱਕੇ ਨਾਲ ਹੀ ਆ ਗਿਆ ਜੀ ਫਿਲਮ ਲਾਈਨ 'ਚ। ਇਹ ਕੋਈ ਮੰਨੇ ਨਾ ਮੰਨੇ, ਐਕਚੁਅਲੀ ਤਾਂ ਇਹ ਸਟਾਰ ਹੁੰਦਾ, ਫਿਲਮ ਲਾਈਨ 'ਚ ਕੰਮ ਕਰਨ ਦਾ ਗ੍ਰਹਿ ਹੁੰਦਾ, ਸਟਾਰ ਹੁੰਦਾ, ਆਉਂਦਾ ਬੱਚਾ ਉਹ ਹੀ ਹੈ। ਬਾਕੀ ਇਹਨਾਂ ਨੂੰ ਕੀ ਕਹਿਣਾ, ਕੀ ਕਰਨਾ ਇਹਨਾਂ ਨੇ, ਉਹ ਮੈਂ ਦੱਸ ਦਿੰਦਾ। ਦੇਖੋ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਮੇਰੀ ਇਹਨਾਂ ਨੂੰ ਇਹ ਹੀ ਐਡਵਾਈਸ ਹੈ ਭਈ ਐਸਾ ਕੰਮ ਕਰੋ, ਐਸੀਆਂ ਫਿਲਮਾਂ ਬਣਾਓ ਕਿ ਬੰਦਾ ਇਹ ਕਹੇ ਕਿ ਯਾਰ ਮੈਂ ਪੰਜਾਬੀ ਫਿਲਮ ਦੇਖਿਆ। ਔਰ ਅੱਜ ਦੀ ਸਾਡੀ ਜਨਰੇਸ਼ਨ ਜਿਹੜੇ ਰਸਤੇ ਪੈ ਗਈ ਹੈ ਨਾ, ਜਿਹੜੀ ਮੇਨ ਗੱਲ, ਮੈਂ ਇੱਕ ਸੀਰੀਅਲ ਵੀ ਲਿਖਿਆ ਸੀ ਚੰਡੀਗੜ੍ਹ ਕੈਂਪਸ, ਅਸੀਂ ਕਦੇ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਸਾਡਾ ਪੰਜਾਬ ਇਸ ਸਾਈਡ ਵੱਲ ਵੀ ਜਾਏਗਾ। ਸੋ ਮੇਰੀ ਖਾਸ ਕਰਕੇ ਅੱਜ ਦੀ ਯੰਗ ਜਨਰੇਸ਼ਨ ਨੂੰ ਇਹ ਹੈ ਵੀ ਇਸ ਲਾਈਨ ਵੱਲ ਨਾ ਜਾਓ, ਬਿਲਕੁਲ ਨਾ ਜਾਓ, ਔਰ ਇੱਥੋਂ ਹਟਣ ਵਾਸਤੇ ਲਾਈਨਾਂ ਹੀ 2 ਨੇ, ਸਟੇਜ ਦੀ, ਇੱਕ ਫਿਲਮ ਦੀ। ਧਿਆਨ ਬੱਚੇ ਦਾ ਦੂਸਰੇ ਪਾਸੇ ਪੈਂਦਾ, ਦੂਸਰੇ ਪਾਸੇ ਉਹਦਾ ਧਿਆਨ ਜਾਂਦਾ। ਔਰ ਅੱਜ ਦੀ ਜਿਹੜੀ ਜਨਰੇਸ਼ਨ ਆ, ਮੇਰਾ ਇਹੀ ਹੈ ਇਹਨਾਂ ਨੂੰ ਵੀ ਕੰਮ ਕਰੋ, ਫਿਲਮਾਂ 'ਚ ਕਰੋ, ਇੱਕ ਤਾਂ ਕੋਸ਼ਿਸ਼ ਕਰੋ, ਅਵੋਇਡ ਕਰੋ, ਅਸ਼ਲੀਲ ਨਹੀਂ ਬੋਲਣਾ, ਅਸ਼ਲੀਲ ਨਹੀਂ ਕਰਨਾ। ਸਾਡੇ ਬਹੁਤ ਸਾਰੀ ਫੈਮਿਲੀ ਸਾਡੀਆਂ ਫਿਲਮਾਂ ਦੇਖਦੀਆਂ ਹੁੰਦੀਆਂ, ਅਸ਼ਲੀਲ ਨਹੀਂ ਬੋਲਣਾ। ਅਤੇ ਬਾਕੀ ਆਓ, ਜੀ ਸਦਕੇ ਆਓ, ਕੰਮ ਕਰੋ ਫਿਲਮਾਂ ਦੇ ਵਿੱਚ, ਲੇਕਿਨ ਫਿਲਮਾਂ ਦੇ ਵਿੱਚ ਆਉਣ ਵਾਸਤੇ ਗਲਤ ਰਸਤੇ ਵੀ ਅਖਤਿਆਰ ਨਹੀਂ ਕਰਨੇ, ਇਹ ਬਹੁਤ ਜ਼ਰੂਰੀ ਹੈ। ਇੱਕ ਵਾਰੀ ਦਾ ਠੇਡਾ ਲੱਗਿਆ, ਇੱਕ ਵਾਰੀ ਦਾ ਖੁੰਝਿਆ ਹੋਇਆ ਬੰਦਾ, ਉਹ ਮੁੜ ਕੇ ਫਿਰ ਉਹ ਕਾਬੂ ਨਹੀਂ ਆਉਂਦਾ, ਉਹ ਫਿਰ ਗੜਬੜ ਹੋ ਜਾਂਦੀ। ਇਹ ਚੀਜ਼ਾਂ ਨੂੰ ਧਿਆਨ ਰੱਖੋ ਫਿਲਮ ਲਾਈਨ 'ਚ ਆਉਣ ਵਾਸਤੇ। ਬਾਕੀ ਸੁਖੀ ਰਹੋ, ਵੱਸਦੇ ਰਹੋ। ਉਹ ਮੈਂ ਕਹਿੰਦਾ ਹੁੰਦਾ ਨਾ, ਕਿਉਂ ਕਰ ਬੈਠੇ ਹੋ ਉਦਾਸ ਮੇਰੇ ਇਹ ਦੋਸਤ, ਕਿਉਂ ਕਰ ਬੈਠੇ ਹੋ ਉਦਾਸ ਮੇਰੇ ਇਹ ਦੋਸਤ, ਮੁਕੱਦਰ ਸੇ ਜ਼ਿਆਦਾ ਕੋਈ ਸ਼ੈ ਨਹੀਂ ਮਿਲਤੀ, ਮੁਸਕਾਨ ਬਣਾਏ ਰੱਖ ਤੋ ਦੁਨੀਆ ਹੈ ਤੇਰੇ ਸਾਥ, ਆਂਸੂ ਕੋ ਤੋ ਆਂਖ ਮੇਂ ਵੀ ਪਨਾਹ ਨਹੀਂ ਮਿਲਤੀ। ਕਿਆ ਬਾਤ ਹੈ, ਜਿਉਂਦੇ ਰਹੋ, ਵੱਸਦੇ ਰਹੋ, ਆਬਾਦ ਰਹੋ। ਲੇਕਿਨ ਪੰਜਾਬੀ ਹੋ ਤੁਸੀਂ, ਇਹ ਨਾ ਭੁੱਲਿਓ, ਨਾ ਉੱਚਾ ਕਰੋ ਪੰਜਾਬ। ਸਰ ਬਹੁਤ ਬਹੁਤ ਧੰਨਵਾਦ ਜੀ। ਉਹ ਨਹੀਂ, ਧੰਨਵਾਦ ਮੈਨੂੰ ਕਰਨਾ ਚਾਹੀਦਾ ਯਾਰ, ਅਤੇ ਸਾਡੀ ਨੌਰਥ ਜ਼ੋਨ ਫਿਲਮ ਟੀ ਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਨਮ ਦਿੰਦੀਆਂ। ਥੈਂਕ ਯੂ, ਬਹੁਤ ਬਹੁਤ ਕੁਛ ਸਿੱਖਣ ਨੂੰ ਮਿਲਿਆ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਕਹਿੰਦੇ ਵੀ ਤੁਸੀਂ ਬਹੁਤ ਲੰਬੀ ਉਮਰ ਮਾਣੋ ਤਾਂ, ਅਰੇ ਵਾਹ ਵਾਹ ਵਾਹ, ਤੁਹਾਡੇ ਬਰਥਡੇ ਇੱਦਾਂ ਹੀ ਮਨਾਉਂਦੇ ਰਹੀਏ। ਅਰੇ ਵਾਹ, ਜੀਤੇ ਰਹੋ, ਪਰਮਾਤਮਾ ਤੁਹਾਨੂੰ ਬਹੁਤ ਕੁਛ ਦੇਵੇ, ਜੀਂਦੇ ਰਹੋ, ਵੱਸਦੇ ਰਹੋ। ਸਤਿ ਸ਼੍ਰੀ ਅਕਾਲ।